सत श्री अकाल जी। मेरी पंजाबी मां बोली दे जम्मे जायो, पंजाब दी धरती दे वासो। अज एक बड़ी जरूरी गल तुहाडे नाल करनी है। असी दुनिया फतेह करने वाले लोग हाँ, पर एक छोटी जी समस्या तो असी हारी जाने हैं, वो है पराली दी समस्या। सस्ता जिहा सौखा जिहा हल आपां लभ लिया, पराली नूं आपां अग ला दिंदे हां, जबकि ये तुहानूं भी पता है कि पराली नूं साड़ना किसी चीज का हल नहीं है, क्योंकि उहदे नाल असी धरती के जिहड़े उपजाऊ तत् ने उन्हां दा नुकसान तो कर ही रहे हैं। साडे किन्ने मित्र जीव जंतु कीड़े मकौड़े जिहड़े साडे फायदे लई भी ने, वह भी धरती दे विच रहिंदे ने। किन्नियां जीव जंतुआं दा कुदरत दे बनाए जीव जंतुआं दा घर है उस धरती दे अंदर, वह भी नाल किन्ने सड़ सड़ के मरदे होणगे। सो असी तां पवन गुरु पाणी पिता माता धरत महत दे उपदेश दे उत्ते पहरा देण वाले लोक हाँ। सो जिस धरती दा महत्व मां वाला है, ਉਹਦਾ ਅਸੀਂ ਨੁਕਸਾਨ ਕਿਵੇਂ ਕਰ ਸਕਦੇ ਹਾਂ। ਆਓ ਰਲ ਕੇ ਪਰਾਲੀ ਦੀ ਸਮੱਸਿਆ ਦੇ ਨਾਲ ਆਪਾਂ ਵਧੀਆ ਤਰੀਕੇ ਦੇ ਨਾਲ ਨਿਬੜੀਏ। ਇਹਦਾ ਪਰਾਲੀ ਦਾ ਨਿਪਟਾਰਾ ਹੋਰ ਚੰਗੇ ਤਰੀਕੇ ਨਾਲ ਕਰਨ ਲਈ ਆਪਾਂ ਹੰਬਲਾ ਮਾਰੀਏ ਸਾਰੇ ਰਲ ਕੇ। ਹੁਣ ਤਾਂ ਉਹ ਸਰਫੇਸ ਸੀਡਰ, ਸੁਪਰ ਸੀਡਰ, ਬੇਲਰ ਵਰਗੀਆਂ ਸਹੂਲਤਾਂ ਵੀ ਸਾਡੇ ਕੋਲ ਹੈਗੀਆਂ ਨੇ, ਇਹੋ ਜਿਹੇ ਸੰਦ ਜਿਨ੍ਹਾਂ ਦੇ ਉੱਤੇ ਤੁਹਾਨੂੰ ਸਬਸਿਡੀਜ਼ ਵੀ ਮਿਲਦੀਆਂ ਨੇ ਸਰਕਾਰ ਵੱਲੋਂ। ਤੇ ਆਪਾਂ ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਧਰਤੀ ਹੈ, ਆਪਾਂ ਇਹਦਾ ਆਦਰ ਕਰੀਏ। ਪਾਣੀ ਧਰਤੀ ਦੇ ਅੰਦਰ ਹੀ ਰਹਿੰਦਾ, ਧਰਤੀ ਨੂੰ ਅਸੀਂ ਖਰਾਬ ਕਰਾਂਗੇ, ਪਾਣੀ ਦਾ ਨੁਕਸਾਨ ਤਾਂ ਪਹਿਲਾਂ ਹੀ ਹੋ ਰਿਹਾ। ਸੋ ਅਸੀਂ ਉਸ ਸੱਚੇ ਪਾਤਸ਼ਾਹ ਦੇ ਉਪਦੇਸ਼ ਤੇ ਕਿਤੇ ਨਾ ਕਿਤੇ ਪਹਿਰਾ ਦੇਣ ਚ ਕੁਤਾਹੀ ਕਰਾਂਗੇ। ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ, ਆਪ ਵੀ ਤਗੜੇ ਹੋਵੋ, ਆਲੇ ਦੁਆਲੇ ਵਾਲਿਆਂ ਨੂੰ ਵੀ ਸਮਝਾਓ, ਆਪਾਂ ਪਰਾਲੀ ਦੀ ਸਮੱਸਿਆ ਦੇ ਨਾਲ ਵਧੀਆ ਤਰੀਕੇ ਨਾਲ ਨਿਬੜੀਏ, ਨਾ ਕਿ ਪੁਰਾਣੀ ਆਪਾਂ ਇਸ ਪਰਾਲੀ ਨੂੰ ਅੱਗ ਲਾ ਕੇ ਤੇ ਵਾਤਾਵਰਨ ਨੂੰ ਹੋਰ ਪ੍ਰਦੂਸ਼ਿਤ ਕਰੀਏ, ਧਰਤੀ ਨੂੰ ਦੂਸ਼ਿਤ ਕਰੀਏ। ਇਹ ਸਾਡੇ ਸੁਭਾਅ ਦਾ ਹਿੱਸਾ ਨਹੀਂ ਹੈ। ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹਾਂ, ਆਓ ਸਰਬੱਤ ਦੇ ਭਲੇ ਦਾ ਆਪਾਂ ਹਿੱਸਾ ਬਣੀਏ। ਪਰਾਲੀ ਦਾ ਨਿਪਟਾਰਾ ਚੰਗੇ ਤਰੀਕੇ ਨਾਲ ਕਰੀਏ, ਬਜਾਏ ਕਿ ਉਹਨੂੰ ਅੱਗ ਲਾਉਣ ਦੇ। ਤਾਂ ਹੀ ਫਿਰ ਆਪਾਂ ਜਿਹੜਾ ਇਸ ਪੰਜਾਬ ਹੈ, ਅਸੀਂ ਆਪਣੇ ਇਸ ਪੰਜਾਬ ਨੂੰ ਸੋਹਣਾ ਪੰਜਾਬ ਬਣਾ ਸਕਦੇ ਹਾਂ, ਅਤੇ ਇਹਨੂੰ ਅਸੀਂ ਆਪਣਾ ਰੰਗਲਾ ਪੰਜਾਬ ਬਣਾ ਸਕਦੇ ਹਾਂ। ਸੋ ਅਖੀਰ 'ਚ ਬੇਨਤੀ ਮੇਰੀ ਕਬੂਲ ਕਰਿਓ, ਜੈ ਪੰਜਾਬ, ਜੈ ਕੁਦਰਤ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਸਾਰਿਆਂ ਨੂੰ ਬਿੰਦੂ ਦਾਰਾ ਸਿੰਘ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰੇ ਆਪਣੇ ਪਿਆਰੇ ਪੰਜਾਬੀ ਭਰਾਵੋ, ਮੈਂ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਰੂਰੀ ਗੱਲ ਸਾਂਝੀ ਕਰਨ ਲਈ ਆਇਆ। ਪੰਜਾਬੀ ਦੇਸ਼ ਦੀ ਆਨ ਬਾਨ ਅਤੇ ਸ਼ਾਨ ਨੇ। ਅਸੀਂ ਪੰਜਾਬੀ ਸਾਡੇ ਮੁਲਕ ਦਾ ਢਿੱਡ ਭਰਨ ਦੀ ਸ਼ਕਤੀ ਰੱਖਦੇ ਹਾਂ, ਸਰਹੱਦ ਦੀ ਰੱਖਿਆ ਕਰਦੇ ਹਾਂ, ਸਦਾ ਸਰਬੱਤ ਦਾ ਭਲਾ ਮੰਗਦੇ ਹਾਂ। ਗੁਰੂ ਘਰ ਵਿੱਚ ਪੂਰੀ ਦੁਨੀਆ ਵਿੱਚ ਲੰਗਰ ਵਰਤਾਉਂਦੇ ਹਾਂ। ਕੋਈ ਵੀ ਮੁਸ਼ਕਿਲ ਸਾਹਮਣੇ ਆ ਜਾਏ ਤਾਂ 1.25 ਲੱਖ ਨਾਲ ਇੱਕ ਲੜਨ ਨੂੰ ਤਿਆਰ ਹੋ ਜਾਂਦਾ ਹੈ। ਫਿਰ ਪਰਾਲੀ ਸੜਾਉਣ ਦੀ ਸਮੱਸਿਆ ਤੋਂ ਅਸੀਂ ਪਿੱਛੇ ਕਿਉਂ ਹਟਦੇ ਹਾਂ? ਪਰਾਲੀ ਸੜਾਉਣ ਨਾਲ ਸਾਡੇ ਖੇਤਾਂ ਦੀ ਉਪਜਾਊ ਮਿੱਟੀ ਜਿਹੜੀ ਹੈ ਉਹ ਖਰਾਬ ਹੁੰਦੀ ਹੈ, ਸਾਡੀ ਫਸਲਾਂ ਦੇ ਮਿੱਤਰ ਕੀੜੇ ਮਰ ਜਾਂਦੇ ਨੇ, ਧੂੰਆਂ ਕਰਕੇ ਕਈ ਬਿਮਾਰੀਆਂ ਫੈਲਦੀਆਂ ਨੇ, ਅੱਗ ਲਾਉਣ ਦਾ ਵੀ ਡਰ ਲੱਗ ਜਾਂਦਾ ਹੈ। ਜਦੋਂ ਅਸੀਂ ਦੇਸ਼ ਦੀ ਭੁੱਖ ਮਿਟਾ ਸਕਦੇ ਹਾਂ, ਸਰਹੱਦਾਂ ਦੀ ਰੱਖਿਆ ਕਰ ਸਕਦੇ ਹਾਂ, ਉਸੇ ਤਰ੍ਹਾਂ ਅਸੀਂ ਪਰਾਲੀ ਸਾੜਨ ਦੀ ਬੁਰੀ ਆਦਤ ਕਿਉਂ ਨਹੀਂ ਛੱਡ ਸਕਦੇ? ਨਾਲੇ ਹੁਣ ਤਾਂ ਪਰਾਲੀ ਤੋਂ ਕਈ ਤਰੀਕੇ ਨਾਲ ਪੈਸੇ ਵੀ ਕਮਾਏ ਜਾ ਸਕਦੇ ਨੇ। ਹਾਂ, ਪਰਾਲੀ ਸੜਾਉਣ ਦੀ ਇੱਕ ਬੁਰੀ ਬਿਮਾਰੀ ਜਿਹੜੀ ਸਾਨੂੰ ਲੱਗੀ ਹੈ, ਆਓ ਕਸਮ ਖਾਈਏ ਕਿ ਅਸੀਂ ਅੱਜ ਤੋਂ ਪਰਾਲੀ ਨਹੀਂ ਸਾੜਨੀ, ਅਤੇ ਪੰਜਾਬ ਅਤੇ ਦੇਸ਼ ਨੂੰ ਹੋਰ ਤੰਦਰੁਸਤ ਬਣਾਉਣਾ ਹੈ। ਜੈ ਕਿਸਾਨ ਦੇ ਨਾਰੇ ਨੂੰ ਅਸੀਂ ਸੱਚ ਸਾਬਿਤ ਕਰਨਾ ਹੈ, ਅੱਜ ਤੋਂ ਪਰਾਲੀ ਨਹੀਂ ਚਲਾਉਣੀ।